ਚੱਕ ਕੇ ਹੀ ਬਣਨੀ ਆ, ਹੋਰ ਕੋਈ ਤਰੀਕਾ ਹੈ ਨਹੀਂ। ਜਦ ਜਨ ਮੱਥੇ ਟੇਕ ਕੇ ਉਮਰ ਲੰਘਾਵੇ ਗੱਲ ਬਣਦੀ ਨਹੀਂ, ਅਖੀਰ ਤੇ ਕਹਿਣਾ ਪੈਣਾ ਕਿ ਬਾਕੀ ਦੇ ਅੰਦਰ ਵੀ ਵਰਤ।
ਤੁਸੀਂ ਭੁਲੇਖੇ ਸੁਣਾ ਰਹੇ ਹੋ ਜੀ ਸਾਧੂ ਤੇ ਸੌ ਗਿਆ ਜਾਗਦਾ ਹੀ ਸਾਧੂ ਹੈ ਸੁੱਤੇ ਪਏ ਤਾਂ ਆ ਇੱਕ ਬੈਠਾ ਤੁਹਾਡੇ ਮੂਹਰੇ ਜਗੇ ਰਹਿਣ ਜੋਗੀ ਗੱਲ ਕਿਸੇ ਸਰੀਰ ਦੀ ਨਹੀਂ ਹੈ ਵੀ ਆ ਜਾਗ ਦੀ ਮਿੱਟੀ ਸੌ ਗਈ ਇਹ ਤਾਂ ਸੌਂਦੀ ਹੈ ਇਹ ਤਾਂ ਥੱਕਦੀ ਵੀ ਹੈ ਜਦੋਂ ਸਾਹਮਣੇ ਨਾ ਜਾਂ ਇੱਕ ਭਾਵ ਆਉਂਦਾ ਨਾ ਸਾਧੂ ਸਿੱਧੀ ਜਿਹੜਾ ਫੋਕਸ ਚੱਲਦਾ ਉਹ ਸਾਹ ਤੇ ਜਾਂਦਾ ਹੈ ਸਾਹ ਇੱਥੇ ਜਾਂਦਾ ਵੀ ਇਹ ਉਹ ਬੰਦਾ ਹੈ ਉਹ ਜੀ ਹੈ ਜਿਹਨੂੰ ਆਪਣੇ ਸਾਹਾਂ ਦੀ ਬੜੀ ਫਿਕਰ ਹੈ ਵੀ ਵੇਸਟ ਨਾ ਹੋਵੇ ਕਿਸੇ ਦੀ ਚੁਗਲੀ ਕਰਦਿਆਂ ਕਿਤੇ ਸਾਹ ਲੈ ਗਏ ਸਾਹ ਵੇਸਟ ਹੋ ਗਏ ਕਰਦੇ ਕਰਦੇ ਸਾਹ ਚਲੇ ਗਏ ਵੇਸਟ ਹੋ ਗਏ ਬਰਬਾਦ ਹੋ ਗਏ ਸਾਧੂ ਦੇ ਆਉਂਦੇ ਹੀ ਆ ਗੱਲ ਚੇਤੇ ਹੁੰਦੀ ਹੈ ਵੀ ਯਾਰ ਇੱਕ ਇੱਕ ਸਾਹ ਦਾ ਮੁੱਲ ਜਾਣਦਾ ਸਾਧੂ ਜੇ ਕਿਤੇ ਲੰਘ ਗਿਆ ਫੋਕਾ ਜੀ ਹੈ ਇੱਕ ਇੱਕ ਸਾਹ ਸਾਧੂ ਦਾ ਤੀਰ ਹੈ ਸਾਧੂ ਕੌਣ ਹੈ ਮਿਹਰਬਾਨੀ ਬਾਬਾ ਸਾਧੂ ਕੌਣ ਹੈ ਜਿਹੜਾ ਆਪਣੇ ਆਪ ਨੂੰ ਸਾਧ ਰਿਹਾ ਇੰਨਾ ਯਾਦ ਰੱਖਿਓ ਬਾਲ ਪੜੋ ਸਾਧੂ ਪ੍ਰੋਸੈਸ ਹੈ ਮੰਜ਼ਿਲ ਨਹੀਂ ਹੈ ਜਦੋਂ ਕਹਿੰਦਾ ਨਾ ਵੀ ਸੰਤ ਹੈ ਮਹਾਂਪੁਰਸ਼ ਹੈ ਬ੍ਰਹਮ ਗਿਆਨੀ ਹੈ ਸਾਈ ਹੈ ਉਦੋਂ ਪਹੁੰਚ ਹੈ ਸਾਧੂ ਤਾਂ ਤੁਹਾਡੇ 'ਚ ਬੜੇ ਬੈਠੇ ਹੋਣਗੇ ਜਿਹੜੇ ਸਾਧਨੇ 'ਚ ਲੱਗੇ ਵੀ ਮੈਂ ਉਸ ਫਸਮ ਨੂੰ ਮਿਲਣਾ ਹੈ ਜਿਵੇਂ ਬਾਬਾ ਕਹਿੰਦਾ ਨਾ ਵੀ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ ਹੋਕੇ ਸਭ ਪਾਸੇ ਵੱਜਦੇ ਆ ਮਾਮੇ ਦੀ ਉਹ ਵੇਖਿਓ ਕਿਤੇ ਇਹ ਬੜੀ ਕੀਮਤੀ ਹੈ ਇਹ ਯਾਤਰਾ ਨਾ ਜਿਹੜੀ ਕੋਈ ਕੁੜੀ ਮੁੰਡਾ ਬੰਦਾ ਬੁੜੀ ਬਜ਼ੁਰਗ ਗਾਉਣ ਵਾਲਾ ਵਜਾਉਣ ਵਾਲਾ ਸਟੇਸ਼ਨ ਪੁਲਿਸ ਅਫਸਰ ਮੂਵੀਆਂ ਵਾਲੇ ਟੈਂਟਾਂ ਵਾਲੇ ਲਾਈਟਾਂ ਵਾਲੇ ਜਿੰਨੇ ਵੀ ਬੈਠੇ ਖੜੇ ਹੋ ਐਵੇਂ ਦੀ ਮਿਲੀ ਹੈ ਬਹੁਤ ਵੱਡੇ ਕਾਰਨ ਨੇ ਇਸ ਯਾਤਰਾ ਦੇ ਵੇਖੋ ਕਿਤੇ ਇਹਨੂੰ ਅੱਖਾਂ ਮੀਚ ਕੇ ਨਾ ਕਰਦੇ ਹੋ ਜਾਗਦੇ ਰਹੋ ਦੇਸੀ ਹੋਕਾ ਵੀ ਖਸਮ ਕੋਲੋਂ ਆਈਆਂ ਤੇ ਜਾਨ ਉੱਦਾਂ ਹੀ ਛੁੱਟਣੀ ਹੈ ਜਿੱਦਾਂ ਖਸਮ ਕੋਲੇ ਪਹੁੰਚ ਗਈ ਉਹਨਾਂ ਨੇ ਪਹੁੰਚਣਾ ਕਿਵੇਂ ਆ ਇਹ ਆਪਦੇ ਆਪਦੇ ਘਰਾਂ 'ਚ ਬਹਿ ਕੇ ਕਰੋ ਰਾਏ ਮਸ਼ਵਰਾ ਵੀ ਇਕੱਲੇ ਮੱਥੇ ਰਗੜਨ ਨਾਲ ਗੱਲ ਬਣ ਜੂਗੀ
ਆਉਂਦਾ ਕਹਿੰਦਾ ਪਾਰ ਸਜਣ ਦਾ ਥਾਣਾ ਕੀਤਾ ਕੌਲ ਜ਼ਰੂਰੀ ਜਾਣਾ ਨਦੀਓ ਪਾਰ ਸਜਣ ਦਾ ਥਾਣਾ ਕੀਤਾ ਕੌਲ ਜ਼ਰੂਰੀ ਜਾਣਾ ਫਿਰ ਤਾਂ ਕਰਾਂ ਮਲਾ ਦੇ ਨਾਲ ਜਿਹੜੇ ਪੰਨੇ ਲੋਕ ਬਾਬੇ ਲੋਕ ਸਾਈ ਲੋਕ ਇਹ ਮਲਾ ਨੇ ਕੋਈ ਬੰਦਗੀ ਵਾਲਾ ਸਾਧੂ ਸੰਤ ਮਲਾਦ ਹੈ ਪਰ ਮਾਫ ਕਰਨਾ ਤੁਹਾਨੂੰ ਮੁੰਡੇ ਲੈਣ ਦੇ ਨਹੀਂ ਜਾਂ ਤੁਹਾਡੇ ਬਾਹਰ ਦੇ ਮੁਲਕਾਂ ਦੇ ਵੀਜ਼ੇ ਲਵਾਉਣ ਦੇ ਨਹੀਂ ਆਤਮਾ ਪਰਮਾਤਮਾ ਨੂੰ ਕਿਵੇਂ ਮਿਲੂਗੀ ਇਸ ਗੱਲ ਨੂੰ ਇਹ ਰੱਬ ਦੇ ਪਜਨੀਕ ਬੰਦੇ ਸਾਧੂ ਬੰਦੇ ਫਕੀਰ ਲੋਕ ਇਹ ਕਹਿੰਦੇ ਨੇ ਵੀ ਦੂਜੀ ਤਾਂ ਗੱਲ ਹੀ ਕੋਈ ਨਹੀਂ ਆਹ ਰਸਤਾ ਜਾਣਨਾ ਤਾਂ ਬਹਿ ਜਾ ਦੇਸੀ ਘਿਓ ਵੇਚਣੇ ਉਹ ਰਿਫਾਇਨਰੀ ਵੇਚਦੇ ਬਾਬੇ ਦੇਸੀ ਘਿਓ ਵੇਚਣੇ ਰਿਫਾਇਨਰੀ ਵੇਚਦੇ ਇਸ ਕਰਕੇ ਤਾਈ ਕਹਿੰਦਾ ਸਤਰਕ ਹੋ ਕੇ ਬੈਠੀ ਭਾਵਨਾ ਨਾਲ ਬੈਠੀ ਇਸ ਮਤ ਨੂੰ ਉਜਾਗਰ ਕਰਕੇ ਬੈਠੀ ਜਾਂਦੀਆਂ ਯੂ ਅੰਡਰਸਟੈਂਡ
Yes, go ahead. Hello, Pablo, hello. ਕੁਛ ਨਹੀਂ ਹੈ ਖੱਟਣ ਕਮਾਨ ਤੋਂ ਜੋ ਦੀਦਾ ਸਭ ਮਾਇਆ
ਵੱਡੇ ਭਾਈ ਖੜੇ ਆ, ਇਹ ਗੱਲ ਕਹਿੰਦਾ ਮੈਂ ਇਸ ਤਰ੍ਹਾਂ ਕਰਦੀ ਭੱਜੀ ਫਿਰਦੀ ਫਕੀਰਾਂ ਪਿੱਛੇ ਮਾਇਆ ਕਿਉਂਕਿ
ਸਾਡੀ ਡਿਵੈਲਪਮੈਂਟ ਕਰ ਰਹੀ ਹੈ ਨਾ, ਤੁਸੀਂ ਨਾਲ ਜਾਓ। ਇਹ ਨਾਲੋਂ ਵੀ ਤਾਂ ਮੇਲਿਆਂ ਦਾ ਕਲਚਰ ਹੈ ਤੇ ਸੰਗੀਤ ਕਾਫੀ ਸੁਣਨ ਨੂੰ ਵੇਖਣ ਨੂੰ ਮਿਲਦਾ ਇੱਧਰ। ਇਹ ਵੀ ਕਾਰਨ ਹੈ ਕਿ ਤੁਸੀਂ ਚਿੱਲ ਕਰਦੇ ਹੋ, ਚਿੱਲ ਕਰਦੇ ਹੋ, ਚਿੱਲ। ਇਹ ਸੋਹਣੀ ਗੱਲ ਹੈ, ਪਰ ਇਸ ਤੋਂ ਸੋਹਣੀ ਗੱਲ ਇਹ ਹੈ ਜਿਵੇਂ ਹੁਣ ਫੁੱਲ ਨੂੰ ਖੜੇ ਪਏ ਹੋ, ਇੱਥੋਂ ਉੱਠਣ ਤੋਂ ਬਾਅਦ ਕਿਹੜਾ ਸੱਪ ਲੜਦਾ ਤੁਹਾਡੇ। ਕਰਜ਼ਾ ਤਾਂ ਹੁਣ ਵੀ ਸੇਰੀ ਹੈ, ਬਿਮਾਰੀ ਤਾਂ ਹੁਣ ਵੀ ਘਰੇ ਹੈਗੀ ਹੈ, ਕਬੀਰਦਾਰੀ ਤਾਂ ਹਜੇ ਵੀ ਆਇਆ ਹੀ ਹੈ। ਇਸ ਵੇਲੇ ਇਹੋ ਜਿਹਾ ਕੀ ਮਿਲ ਰਿਹਾ ਵੀ ਭੁੱਲੇ ਪਏ ਹੋ ਤੇ ਖੁਸ਼ ਹੋ। ਜਿਹੜਾ ਯੁੱਗ ਹੈ ਨਾ, ਯੁੱਗ ਬਾਬੇ ਹੋ ਵਿਰਤੀਆਂ ਚ ਰਹਿੰਦਾ ਹੈ, ਇੱਥੇ ਨੱਚਦਾ ਹੈ। ਕੀ ਚੱਲਦਾ ਹੈ? ਓ ਹੋ ਹੋ, ਕਲ ਯੁੱਗ ਚੱਲਦਾ ਹੈ ਇੱਥੇ। ਹੈ ਕਿਸੇ ਦੀ ਹਿੰਮਤ ਕਰਨ ਦੀ ਵੀ ਕਲ ਯੁੱਗ ਚੱਲਦਾ? ਇਹ ਸਤਯੁੱਗ ਹੈ ਬਾਬੇ, ਸਾਜ ਵੱਜ ਰਹੇ ਹੈ, ਖਸਮ ਦੀ ਗੱਲ ਹੋ ਰਹੀ ਹੈ, ਫਕੀਰਾਂ ਦੀ ਹਾਜ਼ਰੀ ਹੈ, ਮਾਵਾਂ ਭੈਣਾਂ ਧੀਆਂ ਪੁੱਤ ਦਾਦੇ ਦਾਦੀਆਂ ਸਭ ਬੈਠੇ ਹੈ, ਖੁਸ਼ ਨੇ। ਇਹਨੂੰ ਕਿਵੇਂ ਕਹਿੰਦਾ ਇਹ ਕਲ ਯੁੱਗ ਹੈ? ਇਹ ਹੱਕ ਸੱਚ ਦੀ ਗੱਲ ਹੈ, ਇਹ ਸੱਚੀ ਗੱਲ ਹੈ, ਇਹ ਸੰਗੀਤ ਦੀ ਗੱਲ ਹੈ, ਇਹ ਅੰਦਰ ਦੀ ਗੱਲ ਹੈ। ਇਸੇ ਕਰਕੇ ਇਹ ਸਤਯੁੱਗ ਹੈ ਬਾਬੇ, ਤੇ ਕੋਸ਼ਿਸ਼ ਕਰਿਓ, ਅਰਦਾਸ ਕਰਿਓ, ਇੱਥੋਂ ਬਾਹਰ ਜਾ ਕੇ ਵੀ ਇਹ ਬਿਰਤੀ ਬਣਾ ਕੇ ਰੱਖਿਓ, ਬਣਾ ਕੇ ਰੱਖਿਓ ਵੀ ਕਿ ਸਤਯੁੱਗ ਹੈ ਬਾਬੇ। ਪਿਆਰ 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 ਵਾਹਿਗੁਰੂ।
ਦੇਖੋ ਬਹੁਤ ਮੱਧ ਭਾਗੀ ਗੱਲ ਹੈ, ਪਹਿਲਾਂ ਦਰਬਾਰ ਤੇ ਮੱਥੇ ਟੇਕਦੇ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਇਹ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਸਤਿ ਸ਼੍ਰੀ ਅਕਾਲ ਮੇਰੇ ਭਰਾ ਜੀ ਹੈ ਜੀ ਹੈ ਅੱਜ ਕਿਵੇਂ ਸਵਾਲ ਬਣ ਗਿਆ ਭਰਾ ਦਾ ਭਾਈ ਕੈਂਡੋਵਾਲ ਸਾਹਿਬ ਬੈਠੇ ਆ ਬਹੁਤ ਗੀਤ ਨੌਜਵਾਨਾਂ ਦੇ ਉਹਦੇ ਅੱਖ ਨੂੰ ਜ਼ੁਬਾਨ ਤੇ ਹੋਣਗੇ ਇੱਕ ਵਾਰੀ ਤਾੜੀ ਮਾਰ ਦਿਓ ਇਸ ਮੇਰੇ ਭਰਾ ਨੂੰ ਸਤਿਕਾਰ ਦੇ ਸਤਿਕਾਰ ਆ ਤੁਹਾਡਾ ਸਵਾਲ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਆਖਰ ਦੁਨੀਆਂ ਛੱਡਣੀ ਪੈਂਦੀ ਲਿਖਿਆ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜੇ ਕਿਤੇ ਲੱਗਿਆ ਵੀ ਹਾਂ ਯਾਰ
ਇਹਦਾ ਅਸਲ ਨਾਂ ਤਾਂ ਕਮਰ ਸਿੰਘ ਹੈ, ਕਹਿ ਲਿਆ ਕਰੋ ਮੈਨੂੰ ਬੜੀ ਚਸ਼ਮ ਹੋਇਆ ਤੁਹਾਡਾ ਚਾਰਾ ਤੋਂਗਾ ਹੋਏ ਕਿੰਨਿਆਂ ਨੇ ਰੋਗ ਲਵਾ ਲੇ ਵਹਿਮਾਂ ਭਰਮਾਂ ਲੋਕੀ ਖਾ ਲੇ ਕਿੰਨਿਆਂ ਨੇ ਰੋਗ ਲਵਾ ਲੇ ਵਹਿਮਾਂ ਭਰਮਾਂ ਲੋਕੀ ਖਾ ਲੇ ਰਸਤਾ ਗੰਦਗੀ ਬੋਲੋ ਹੁਣ ਸਾਡੇ ਭਰਾ ਦੇ ਨਾਲ ਬੈਠੀਆਂ ਤੁਸੀਂ ਹੁੰਦੀਆਂ ਬਿੱਲੀ ਲੰਘੀ ਰੋਕਿਆ ਜੀ ਰੋਕੋ ਪਲੀਜ਼ ਰੋਕੋ ਛੇਤੀ ਫਰੇਮ ਪਾਣੀ ਦੀ ਬਾਤ ਚੱਕੀ ਤੇ ਗੁੰਡ ਮੁੰਡ ਜੀ ਕਰਤੀ ਦੋਨੇ ਡਰ ਦੇ ਹੁਣ ਚਲੋ ਹੁਣ ਬਸ ਦੇ ਗਈ ਨਹੀਂ ਉਦੋਂ ਬਾਅਦ ਜੇ ਪੈਰ ਤੇ ਪਾਣੀ ਪਾਤਾ ਉਦੋਂ ਬਾਅਦ ਕੀ ਗੱਲ ਫਿਰ ਡਾਂਟ ਵਾਰੀ ਕਈ ਵਾਰੀ ਪੜਾਕਾ ਉਦੋਂ ਪੈਂਦਾ ਹੁੰਦਾ ਜਦੋਂ ਦੂਰ ਦੂਰ ਤੱਕ ਬਿੱਲੀ ਹੋ ਗਈ ਨਾ ਇਕੱਲੇ ਸ਼ੇਰ ਹੀ ਫਰਕ ਹੁੰਦੇ ਆ ਕਈ ਵਾਰੀ ਤੇ ਮੇਰੇ ਵੀ ਡਰਦੀ ਹੈ ਬਿੱਲੀ ਤੋਂ ਇਸ ਕਰਕੇ ਬੇਸਿਕਸ ਨੇ ਜਪਜੀ ਸਾਹਿਬ ਦਾ ਉਹ ਵਾਕ ਲੜ ਬੰਨ ਕੇ ਰੱਖਿਓ ਘੜੀਆ ਸੁਰਤ ਮਤ ਮਨ ਬੁੱਧ ਇਹ ਘੜਨੀ ਪੈਣੀ ਹੈ ਮੁਸਾਫਰਾ ਨਹੀਂ ਤਾਂ ਮਾਰ ਖਾਈ ਹੈ ਮੈਂ ਹੋਰ ਖਾਏਗਾ ਇਹਨੂੰ ਜਿੱਥੇ ਮਰਜ਼ੀ ਬਹਿ ਕੇ ਕਰਨਾ ਬਾਪੂ ਗੰਗਾ ਦਾਸ ਜੀ ਇਸ ਪਵਿੱਤਰ ਕਰਮ ਧਰਮ ਭੂਮੀ ਤੇ ਇੱਥੇ ਬਹਿ ਕੇ ਕਰਨਾ ਇੱਥੇ ਕਰਨਾ ਕਿਸੇ ਕਿਸੇ ਦਰਗਾਹ ਤੇ ਕਰਨਾ ਕਿਸੇ ਮੰਦਰ 'ਚ ਜਾ ਕੇ ਕਰਨਾ ਕਿਸੇ ਮਸੀਤ 'ਚ ਕਰਨਾ ਕਿਸੇ ਗੁਰਦੁਆਰੇ ਕਰਨਾ ਜਿੱਥੇ ਮਰਜ਼ੀ ਕਰਨਾ ਪਰ ਕਰਨਾ ਹੋਏ ਕਰਨਾ ਜੇ ਕਰੀ ਹੈ ਨਹੀਂ ਤਾਂ ਜਿਹੋ ਦੀਆਂ ਗੱਲਾਂ ਸਾਡੇ ਸਮਾਜ 'ਚ ਹੁੰਦੀਆਂ ਨਾ ਅੱਜ ਕੱਲ੍ਹ ਕਿਸੇ ਦੇ ਮਰਨ 'ਤੇ ਬੜਾ ਕਮਲ ਤੋੜਦੇ ਹਾਂ ਅਸੀਂ ਗੁਰੂ ਦੀ ਗੱਲ ਵਿੱਚ ਕੋਈ ਨਹੀਂ ਹੁੰਦੀ ਜੇ ਲਾਉਂਦੇ ਹਾਂ ਅਸੀਂ ਜੇ ਖਸਮ ਮਰਦੇ ਹਾਂ ਉਹਦੇ ਵੀ ਜੇ ਐਂ ਹੋ ਜਾਂਦਾ ਆਏ ਨਾ ਕਿਵੇਂ ਹੋ ਜਾਂਦਾ ਇਹ ਸਾਗਰ ਮੈਨੂੰ ਦਿੱਤੇ ਆ ਮਹਾਰਾਜ ਨੇ ਮੇਰੇ ਬਾਪ ਦੀ ਜ਼ਗੀਰ ਨਹੀਂ ਹੈ ਵੀ ਉਹਨੂੰ ਕਹਿ ਕੇ ਘਟਾ ਲੈ ਵਧਾ ਲੈ ਇਹ ਜਿੰਨੇ ਆ ਉਹਨੇ ਹੀ ਹੈ ਪਰ ਸ਼ਰਮ ਹਜ਼ਾਰ ਰੱਖੀ ਟੀਕਾ ਲਾ ਕੇ ਮਰਨਾ ਤੇ ਸਰਹੱਦ ਤੇ ਗੋਲੀ ਖਾ ਕੇ ਹਿੱਕ ਚ ਮਰਨਾ ਫਰਕ ਹੈ ਇਹਨਾਂ ਦੋਨਾਂ ਇਹਨਾਂ ਦੋਨਾਂ ਚ ਫਰਕ ਬੜਾ ਉਹ ਜ਼ਿਕਰ ਹੁੰਦਾ ਜਦੋਂ ਫਿਰ ਕਈ ਵਾਰੀ ਮਰਿਆਂ ਦੇ ਵੀ ਚੌੜੇ ਸੀਨੇ ਹੁੰਦੇ ਆ ਬਾਪ ਖੜਾ ਹੁੰਦਾ ਚੜ੍ਹਦੀ ਕਲਾ ਚ ਕੇ ਤੇ ਹੱਥ ਤੇ ਭਰਿਆ ਦੇਸ਼ ਲਈ ਮਰਿਆ ਆਪਣੀ ਆਪਣੀ ਆਵਾਮ ਲਈ ਮਰਿਆ ਨੰਗੇ ਹੋ ਜਾਓ ਕਹਿੰਦਾ ਚਾਦਰਾ ਕਰੋ ਠੀਕ ਆ ਇੱਥੋਂ ਦੀਆਂ ਸੰਗਾਂ ਸ਼ਰਮਾਂ ਦੀਆਂ ਜਿਹੜੀਆਂ ਆਪਾਂ ਰੱਖੀ ਬੈਠੀਆਂ ਨਾ ਇਹਨਾਂ 'ਚ ਕੁਛਕ ਦੀ ਲੋੜ ਹੈਗੀ ਹੈ ਨਹੀਂ ਤਾਂ ਜਿਹੜੇ ਅੰਦਰ ਲਫਾਫੇ ਲੜਾਏ ਆ ਉਹ ਲਾ ਪਹਿਲਾਂ ਉਹ ਦੱਸ ਵੀ ਅੰਦਰ ਕੀ ਚੱਲਦਾ ਇਹੋ ਜਿਹਾ ਮੈਂ ਬਾਹਰੋਂ ਕੀ ਆ ਇੱਥੋਂ ਆਏ ਕਰਨ ਉੱਥੋਂ ਆਏ ਕਰਨ ਕੀ ਹੋ ਜੂ
I'm not afraid.
ਫਕੀਰਾਂ ਦੀ ਮਰਕ ਚੱਲੀ ਨਾ We'll be right back.
ਜਲੂਸ ਕੱਢ ਰੱਖਿਆ ਦਾਦੋ ਮੇਰਾ ਇਹਨਾਂ ਤਾਂ ਪਹਿਲੇ ਤੋਂ ਰਲਦਾ ਵੀ ਨਹੀਂ ਹੁੰਦਾ। ਬੀਬੀਆਂ ਦਾ ਪਸੰਦੀਦਾ ਗੀਤ ਹੈ, ਹੁਣ ਇਹਨਾਂ ਦਾ ਵੀ ਕੰਮਾਂ ਦਾ ਟਾਈਮ ਹੈ, ਹੌਲੀ ਹੌਲੀ ਜਾਣ ਲੱਗ ਗਈਆਂ। ਇਹ ਤਾਂ ਉਹ ਗੱਲ ਹੋ ਗਈ ਵੀ ਰਹੀਆਂ ਛੱਲੇ ਨਾਲ ਛੱਲੀਆਂ ਨੇ, ਕੰਮਾਂ ਦਾ ਟਾਈਮ ਹੋ ਗਿਆ ਤੇ ਬੀਬੀਆਂ ਘਰ ਨੂੰ ਚੱਲ ਗਈਆਂ। ਪਰ ਕੋਈ ਨੀ, ਅਸੀਂ ਸਭ ਸਮਝਦੇ ਹਾਂ ਤੁਹਾਡੇ ਕੰਮ ਕਾਰਨ, ਤੁਸੀਂ ਤੁਰਾਓ ਸਾਡੇ ਘਰਾਂ ਦਾ, ਸਾਡੀ ਕਬੀਲਦਾਰੀ ਦਾ ਬਹੁਤ ਕੰਮ ਤੁਸੀਂ। ਸੋ ਕਿਉਂ ਬੰਦਾ ਕੀ ਹੈ ਜਿੱਤ ਜੰਮਾ ਹੈ ਰਾਜਾ, ਸੋ ਰਾਜਿਆਂ ਨੂੰ ਜੰਮਣਾ ਹੁੰਦਾ ਤੁਸੀਂ, ਤੁਹਾਡੀ ਸੋਭਾ ਹੀ ਸੋਭਾ ਹੈ, ਸਤਿਕਾਰ ਹੈ ਸਭ ਪੁੱਤਾਂ ਨੂੰ। ਮੈਂ ਕਰੀ ਇੱਕ ਤਾੜੀ ਮਾਰੋ ਆਪਣੀਆਂ ਮਾਵਾਂ ਨੇ ਆ ਜਾਓ। ਇਹਨਾਂ ਦਾ ਪਸੰਦੀਦਾ ਗੀਤ ਹੈ ਜੀ, ਨਾ ਚਾਹੀਂ ਮਸਤਾਂ ਦੇ ਵਿਹੜੇ ਦੀ ਮਸਤ ਬਣਾ ਦਿੰਦੇ ਆ। ਸ਼ੇਰ ਸੁਣਾਓ ਮਾਰਾ ਜਾਓ ਪਲੀਜ਼, ਇਹਨਾਂ ਦੋਵੇਂ ਫੁਲਕਾਰਾਂ ਲਈ ਇੱਕ ਤਾੜੀ ਲਾ ਲਓ ਬਾਬੇ ਹੋ ਪਲੀਜ਼। ਜੇ ਮਾਂ ਦੀ ਗੱਲ ਕੀਤੀ, ਜੇ ਮਾਂ ਜੰਨਤ ਹੈ ਤੇ ਬਾਪ ਜੰਨਤ ਦਾ ਦਰਵਾਜ਼ਾ ਹੈ। ਮਾਂ ਬਾਪ ਲਈ ਤਾਲੀਆਂ ਬਜਾਓ ਜਿਹਨੇ ਤਾਂ ਦਿੱਤਾ ਜਨਮ। ਕੀ ਹੁੰਦੀ ਮਾਂ ਜ਼ਮੀਨ ਤੇ ਰੱਬ ਲੋਕੋ, ਉਹਦੀ ਜਾਣ ਦੇ ਗਾਂਦੇ ਸਭ ਲੋਕੋ। ਹੁੰਦੀ ਮਾਂ ਜ਼ਮੀਨ ਤੇ ਰੱਬ ਲੋਕੋ, ਉਹਦੀ ਜਾਣ ਦੇ ਗਾਲੇ ਸਭ ਲੋਕੋ। ਮਾਂ ਮਾਲੀ ਤੇ ਪੁੱਤ ਬੂਟਾ, ਮਾਂ ਮਾਲੀ ਤੇ ਪੁੱਤ ਬੂਟਾ, ਉਹ ਤਾਂ ਮੌਤ ਨੂੰ ਵੀ ਜਾਂਦੀ ਹੈ ਚੱਪ ਲੋਕੋ, ਹੁੰਦੀ ਮਾਂ ਜ਼ਮੀਨ ਤੇ ਰੱਬ ਲੋਕੋ। ਇੱਕ ਵਾਰੀ ਆਪਣੇ ਆਪਣੀਆਂ ਮਾਵਾਂ ਦੇ ਲਈ ਤਾਲੀਆਂ ਵਜਾਓ। ਮੈਂ ਹੋਮੇ ਦੀ ਗੱਲ ਕੀਤੀ ਸੀ ਵੀਰ ਜੀ, ਸਾਡੀਆਂ ਸਰਕਾਰਾਂ ਵੱਲੋਂ ਈਗੋ ਜਿਹਨੂੰ ਅਹੰਕਾਰ ਕਹਿੰਦੇ ਨੇ, ਮੇਰੇ ਆਪਣੇ ਬਾਪੂ ਜੀ ਦਾ ਲਿਖਿਆ, ਕੈਸ ਬਾਪੂ ਜੀ ਦਾ, ਕਿ ਮੈਂ ਦਾ ਹੋਣਾ ਅਸਲ ਅੜਿੱਕਾ, ਮੈਂ ਦਾ ਹੋਣਾ ਅਸਲ ਅੜਿੱਕਾ, ਮੈਂ ਜਾਵੇ ਗੱਲ ਮੁੱਕੇ, ਮੈਂ ਦਾ ਹੋਣਾ ਅਸਲ ਅੜਿੱਕਾ, ਮੈਂ ਜਾਵੇ ਗੱਲ ਮੁੱਕੇ, ਮੈਂ ਮਰਨੇ ਨੂੰ ਰਾਜ਼ੀ ਨਹੀਂ ਮੋਟਿਆਂ ਤੋਂ ਦੀ ਠੁੱਕੇ। ਪੁੱਤ ਮਰੇ ਮੈਂ ਅਗਲੇ ਘਰ ਜਾਈ, ਪੁੱਤ ਮਰੇ ਮੈਂ ਅਗਲੇ ਘਰ, ਕਰ ਲੈਂਦੀ ਫਿਰ ਪੰਜ ਪੀਰ ਨੇ ਭੇਜ ਭੇਜ ਕੇ ਰੁਕੇ, ਕਿਉਂਕਿ ਹੋਮੇ ਦਾ ਭਰਿਆ ਇਹ ਕਲਬੂਤ ਆ, ਜਿਹਨੂੰ ਸ਼ਾਇਦ ਤੁਸੀਂ ਸਾਰੇ ਜਾਣਦੇ ਹੋ, ਇਹ ਨਹੀਂ ਮੁੱਕਦੀ, ਪਰ ਕੋਸ਼ਿਸ਼ ਕਰੋ, ਕਿਉਂਕਿ ਜਿਵੇਂ ਮੇਰੇ ਵੀਰ ਦੇ ਅੰਦਰ ਉਹ ਬੇਬੇ ਜਿਹੜੀ ਹੈ ਨਾ ਨਜ਼ਰ ਆਉਂਦੀ ਹੈ ਵੀਰ ਦੇਖਣ ਵਾਲਿਆਂ ਨੂੰ, ਵੀ ਉਹਨਾਂ ਦਾ ਆਸ਼ੀਰਵਾਦ, ਉਹਨਾਂ ਦਾ ਕਰਮ ਜਿਹੜਾ ਹੈ, ਇਹ ਲੱਗੀ ਵਾਲੇ ਹੀ ਦੇਖ ਸਕਦੇ ਨੇ। ਸੋ ਇੱਕ ਵਾਰੀ ਲੱਗੀ ਵਾਲਿਆਂ ਦੀ ਤਾੜੀ ਵਜਾਉਂਦੇ ਹਾਂ। ਕਿ ਜ਼ਖਮ ਇੰਨੇ ਗਹਿਰੇ ਸੀ ਇਜ਼ਹਾਰ ਕੀ ਕਰੀਏ, ਜ਼ਖਮ ਇੰਨੇ ਗਹਿਰੇ ਸੀ ਇਜ਼ਹਾਰ ਕੀ ਕਰੀਏ, ਅਸੀਂ ਖੁਦ ਨਿਸ਼ਾਨਾ ਬਣ ਗਏ ਹੁਣ ਬਾਹਰ ਕੀ ਕਰੀਏ, ਜ਼ਖਮ ਇੰਨੇ ਗਹਿਰੇ ਸੀ ਇਜ਼ਹਾਰ ਕੀ ਕਰੀਏ, ਅਸੀਂ ਖੁਦ ਨਿਸ਼ਾਨਾ ਬਣ ਗਏ ਹੁਣ ਬਾਹਰ ਕੀ ਕਰੀਏ, ਦਿਲ ਕੱਟ ਕੇ ਰੱਖ ਦਿੰਦਾ ਹੈ ਤੇਰੇ ਕਦਮਾਂ ਵਿੱਚ, ਹੁਣ ਤੂੰ ਹੀ ਦੱਸ ਇਸ ਤੋਂ ਵੱਧ ਤੇਰਾ ਸਤਿਕਾਰ ਕੀ ਕਰੀਏ। ਇਹ ਬਾਪੂ ਜੀ ਦੇ ਲਈ, ਬਾਪੂ ਜੀ, ਬਾਪੂ ਗੰਗਾ ਦਾਸ ਜੀ ਮਹਾਰਾਜ, ਉਹ ਐਵੇਂ ਨਹੀਂ ਰੁੱਖਾਂ ਦੇ ਅੱਗੇ ਖੜ ਕੇ ਤੇ ਪੱਤੇ ਦੀ ਇਜਾਜ਼ਤ ਲੈਂਦੇ ਹੁੰਦੇ ਸੀ, ਉਹ ਵੀ ਰੁੱਖ ਤੋਂ ਕਹਿੰਦੇ ਸੀ ਵੀ ਇਜਾਜ਼ਤ ਹੈ
ਇਹ ਪੱਤਾ ਖਾ ਸਕਤਾ ਹੂੰ ਮੈਂ ਆਪਕਾ ਕਿ ਅਸੀਂ ਲੋਕ ਮਾਰੋ ਮਾਰੀ ਵੀਰ ਮਰੋ ਮਰੀ ਦੇ ਚੱਕਰਾਂ 'ਚ ਪਏ ਹਾਂ ਰੋਟੀ 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 ਕਿ ਰੋਟੀ ਕਾ ਤੋ ਕਹਿਣਾ ਹੀ ਕਿਆ ਪਾਣੀ ਵੀ ਅਬ ਬਿਕਤਾ ਹੈ ਰੋਟੀ ਕਾ ਤੋ ਕਹਿਣਾ ਹੀ ਕਿਆ ਪਾਣੀ ਵੀ ਅਬ ਬਿਕਤਾ ਹੈ ਬਸ ਇਨਸਾਨ ਕਾ ਖੂਨ ਹੈ ਸਸਤਾ ਇਹ ਹਕੀਕਤ ਹੈ ਔਰ ਤੁਹਾਡੇ ਤੋਂ ਬਹੁਤ ਕੁਛ ਸਿੱਖੀਦਾ ਵੀਰ ਜੀ ਰੱਬ ਤੁਹਾਨੂੰ ਰਾਜ਼ੀ ਰੱਖੇ ਸੱਚੀਆਂ ਗੱਲਾਂ ਦੇ ਅਥਾਹ ਸਮੁੰਦਰ ਹੋ ਤੁਸੀਂ ਸੱਚ ਦੇ ਰਾਹਾਂ 'ਤੇ ਚੱਲਣ ਦੀ ਇੱਕ ਅਸੀਂ ਵੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਇੱਕ ਸ਼ੇਅਰ ਅੱਜ ਕਹਿ ਰਹੀ ਹਾਂ ਕਿ ਮੁਝ ਸੇ ਵਿਛੜ ਕਰ ਬੇਨਾਮ ਹੋ ਜਾਓਗੇ ਮੁਝ ਸੇ ਵਿਛੜ ਕਰ ਬੇਨਾਮ ਹੋ ਜਾਓਗੇ ਸੌਦਾ ਗਰੋਂ ਕੇ ਹਾਥੋਂ ਨਿਲਾਮ ਹੋ ਜਾਓਗੇ ਮੁਝੇ ਅੱਛਾ ਨਹੀਂ ਲੱਗਦਾ ਤੁਹਾਰਾ ਹਰ ਕਿਸੇ ਸੇ ਮਿਲਣਾ ਮੁਝੇ ਅੱਛਾ ਨਹੀਂ ਲੱਗਦਾ ਤੁਹਾਰਾ ਹਰ ਕਿਸੇ ਸੇ ਮਿਲਣਾ ਕਿਉਂਕਿ ਹਰ ਕਿਸੇ ਸੇ ਮਿਲੋ ਮੈਂ ਤੋ ਆਮ ਹੋ ਜਾਓਗੇ ਖਾਸ ਖਾਸ ਬਣਾਈ ਰੱਖੇ ਕਿਉਂਕਿ ਜਿਹਨਾਂ ਨੇ ਗੱਲ ਦੇ ਵਿੱਚ ਉਹ ਪਟਾ ਪੈ ਜਾਂਦਾ ਉਹ ਫਿਰ ਦੂਰੋਂ ਹੀ ਸਲਾਮਾਂ ਹੁੰਦੀਆਂ ਨੇ ਆਪਣੇ ਆਪਣੇ ਮੁਰਸ਼ਦਾਂ ਦੇ ਨਾਮ 'ਤੇ ਇੱਕ ਵਾਰੀ ਪੁਰਜ਼ੋਰ ਤਾਲੀਆਂ ਵਜਾਉਂਦੀਆਂ ਰੱਬ ਰਾਜ਼ੀ ਰੱਖੇ ਮੇਰੇ ਵੀਰ ਜੀ ਕੰਵਰ ਕਰੇ ਬੱਚਿਆਂ ਮਜ਼ਦੂਰ ਜਿਹਾ ਬਣ ਕੇ ਮੈਨੂੰ ਘਾਟ ਕਿਹੜੀ ਚੀਜ਼ ਦੀ ਹੈ ਬਾਕੀ ਕਹਿੰਦਾ ਹਰ ਬੰਦਾ ਆਪਣੇ ਆਪਣੇ ਮੈਂਟਲ ਸੈਟਅਪ ਦੇ ਹਿਸਾਬ ਨਾਲ ਜ਼ਿੰਦਗੀ ਜਿਉ ਰਿਹਾ ਜੇ ਕਿਸੇ ਨੂੰ ਡਰ ਲੱਗ ਰਿਹਾ ਤਾਂ ਉਹ ਨਾਲ ਕੋਈ ਦੋ ਚਾਰ ਭੈਣ ਭਰਾ ਨਾਲ ਰੱਖ ਰਿਹਾ ਵੀ ਨਾਲ ਰਾਹੀਂ ਭਰਾਵਾਂ ਮੈਨੂੰ ਡਰ ਲੱਗ ਰਿਹਾ ਹੁਣ ਰੌਲਾ ਇਹ ਹੈ ਵੀ ਆਹ ਪਿੱਛੇ ਜੇ ਧਰਮਸ਼ਾਲਾ ਗਾਉਣ ਗਏ ਸੀ ਹਿਮਾਚਲ ਉੱਥੇ ਸੀਨੀਅਰ ਪੁਲਿਸ ਆਫਿਸਰ ਸੀ ਮੈਨੂੰ ਗੈਸਟ ਹਾਊਸ 'ਚ ਮਿਲਣ ਆਏ ਸ਼ੋਅ ਤੋਂ ਪਹਿਲਾਂ ਮੈਨੂੰ ਕਹਿੰਦਾ ਤੁਹਾਡੀ ਸਿਕਿਉਰਿਟੀ ਕਿੱਥੇ ਹੈ ਹਾਂਜੀ ਸਿਕਿਉਰਿਟੀ ਤਾਂ ਹੈ ਨਹੀਂ ਕਹਿੰਦੇ ਐਸੇ ਕੈਸੇ ਹੋ ਸਕਦਾ ਜੀ ਮੈਂ ਕਿਹਾ ਜੀ ਜਾਂ ਤਾਂ ਤੁਸੀਂ ਕੁਛ ਇੱਦਾਂ ਦਾ ਕਰੋ ਵੀ ਮੈਨੂੰ ਡਰ ਲੱਗਣ ਲੱਗੇ ਮੈਂ ਕਿਹਾ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਮੈਨੂੰ ਡਰ ਨਹੀਂ ਲੱਗ ਰਿਹਾ ਤੁਸੀਂ ਉਹ ਬੈਠੇ ਹੋ ਜਿਹੜੇ ਤੜਕੇ ਕਿਸੇ ਗੁਰੂ ਘਰ 'ਚੋਂ ਆਵਾਜ਼ ਆਉਂਦੀ ਹੈ ਨਿਰਭਉ ਬਹਿ ਜਾ ਬੋਲਦਾ ਬਹਿ ਜਾ ਤਮਾਸ਼ਾ ਨਹੀਂ ਦੇਖੀਦਾ ਇੱਕ ਓਅੰਕਾਰ ਸਤਨਾਮ ਉਹ ਸੱਚਾ ਹੈ ਕਰਤਾ ਪੁਰਖ ਉਹੀ ਸਭ ਕੁਛ ਕਰਦਾ ਹੈ ਨਿਰਭਉ ਉਹ ਨਹੀਂ ਡਰਦਾ ਕਿਸੇ ਤੋਂ ਨਿਰਵੈਰ ਉਹਦਾ ਕਿਸੇ ਨਾਲ ਵੈਰ ਨਹੀਂ ਸਾਨੂੰ ਕੋਈ ਪੁੱਛੇ ਵੀ ਤੁਹਾਡਾ ਪਿਓ ਕੌਣ ਹੈ ਅਸੀਂ ਕਹਿੰਦੇ ਹਾਂ ਨਾ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਬਾਪ ਹੈ ਮੈਂ ਵੀ ਕਹਿੰਦਾ ਕਿ ਫਿਰ ਚਲੋ ਮੇਰੇ ਪਿਓ ਨੂੰ ਡਰ ਨਹੀਂ ਲੱਗਦਾ ਪੁੱਤ ਧੀਆਂ ਕਿਉਂ ਡਰਦੇ ਫਿਰਦੇ ਆ ਜਾਂ ਤਾਂ ਕੋਈ ਤੁਸੀਂ ਗਲਤ ਕੰਮ ਕਰ ਰਹੇ ਹੋ ਜਾਂ ਤਾਂ ਤੁਸੀਂ ਸਟੇਜਾਂ 'ਤੇ ਜਾ ਕੇ ਗੋਲੀਆਂ ਚਲਾਉਂਦੇ ਹੋ ਕੋਈ ਨਸ਼ਿਆਂ ਦੀ ਗੱਲ ਕਰਦੇ ਹੋ ਕੋਈ ਕੁੱਡੀ ਮੁੱਛ ਦੀ ਗੱਲ ਕਰਦੇ ਹੋ ਨੱਡੀ ਜੀਪ ਰੱਖਦਾ ਜੱਟ ਜੱਟ ਆਹ ਕਰਦਾ ਜੱਟ ਗੋਲੀਆਂ ਚਲਾਉਂਦਾ ਜਾਂ ਜੱਟ ਫਲਾਨਾ ਕਰਦਾ ਜਦੋਂ ਗੱਲ ਹੀ ਇਹ ਹੈ
ਵੀ ਇੱਥੇ ਭਾਵੇਂ ਕੋਈ ਸਿੱਖ ਬੈਠਾ, ਭਾਵੇਂ ਹਿੰਦੂ, ਮੁਸਲਮਾਨ, ਈਸਾਈ, ਕੋਈ ਵੀ ਬੈਠਾ, ਚਾਚੇ ਤਾਇਆਂ ਦੇ ਧੀਆਂ ਪੁੱਤ ਆ, ਮੈਨੂੰ ਇਹ ਤੋਂ ਬਾਅਦ ਹੋਰ ਕੁਛ ਨਹੀਂ ਪਤਾ। ਸਾਡੇ ਸਕੂਲ, ਗੁਰਦੁਆਰੇ, ਮੰਦਰ, ਮਸੀਤਾਂ, ਗਿਰਜਾਘਰ ਬਣ ਗਏ, ਜੋ ਕਿ ਹੋਣੇ ਚਾਹੀਦੇ ਆਪਣੇ ਆਪਣੇ ਫਰਜ਼ ਦੇ ਮੁਤਾਬਕ। ਪਰ ਯਾਰ ਉਸ ਤੋਂ ਬਾਅਦ ਕੀ ਤੋਂ ਡਰਾਂ ਮੈਂ ਕਿਸੇ ਹਿੰਦੂ ਤੋਂ ਡਰਾਂ, ਮੈਂ ਕਿਸੇ ਪੰਡਿਤ ਤੋਂ ਡਰਾਂ, ਕਿਸੇ ਬ੍ਰਾਹਮਣ ਤੋਂ ਡਰਾਂ, ਜਿਹਦੇ ਨਾਲ ਨਾਲ ਨੌਵੇਂ ਪਾਤਸ਼ਾਹ ਚਾਂਦਨੀ ਚੌਂਕ ਤੋਂ ਤੁਰੇ ਜਾਂਦੇ ਆ, ਕੀ ਕਰਨ ਲਈ ਸੀਸ ਦੇਣ ਲਈ? ਹੁਣ ਮੈਂ ਡਰਾਂ, ਮੈਂ ਕਿਸੇ ਮੁਸਲਮਾਨ ਤੋਂ ਡਰਾਂ ਜਿਹਨੂੰ ਪਾਤਸ਼ਾਹ ਆਪ ਵਾਜਾ ਮਾਰਦਾ ਹੈ, ਆ ਉਹ ਫਕੀਰਾ ਆ ਤੇ ਹਰਿਮੰਦਰ ਸਾਹਿਬ ਦੀ ਨਿਓ ਰੱਖ ਕੇ ਜਾ, ਮੁਸਲਮਾਨ ਤੋਂ ਡਰਾਂ? ਕੀ ਤੋਂ ਡਰਾਂ? ਆਪਦੇ ਕੰਮ ਚੈੱਕ ਕਰ ਬਾਬਾ, ਉਹਨਾਂ ਬੋਲ ਜਿਹਦਾ ਤੇਰੇ ਕੋਲ ਜਵਾਬ ਹੋਵੇ ਤੇ ਠੀਕ ਹੈ। ਇੱਕ ਯਾਤਰਾ ਚੋਂ ਲੰਘ ਰਿਹਾ ਮੈਂ ਵੀ ਤੇ ਕਰਮਾਂ ਕਿ ਸਾਧੂਆਂ ਸੰਤਾਂ ਦੀ ਸੰਗਤ ਬਖਸ਼ੀ ਇਸ ਵਾਰੀ ਮਹਾਰਾਜ ਨੇ ਕੁਛ ਨਾ ਕੁਛ ਸਿੱਖੀ ਦਾ ਬੈਠ ਕੇ। ਪਰ ਹੈ ਨਹੀਂ ਬਾਬੇ, ਉਹ ਮੁਹੱਬਤ ਤੋਂ ਬਣਾ, ਪਿਆਰ ਤੋਂ ਬਣਾ। ਆਪਦੇ ਮੈਨੂੰ ਗੱਲ ਬੋਲਣੀ ਨਹੀਂ ਚਾਹੀਦੀ ਸੀ ਉਹ, ਪਰ ਮੈਂ ਪਤਾ ਨਹੀਂ ਉਹ ਗੱਲ ਚੱਲਦੀ ਸੀ, ਡਰਦੀ ਗੱਲ ਚੱਲਦੀ ਸੀ, ਮੈਂ ਬੋਲ ਬੈਠਾ। ਉਹ ਬੜੇ ਲੋਕਾਂ ਨੇ ਸਵਾਲ ਵੀ ਕੀਤੇ, ਉਹ ਜਮਾਂ ਸੱਚੀ ਸੁੱਚੀ ਗੱਲ ਸੀ। ਉਹ ਇੱਥੇ ਗਰਾਇਆਂ ਦੇ ਨੇੜੇ ਸੀ ਜੀ, ਉੱਥੇ ਰਾਤ ਮੈਂ ਅੰਮ੍ਰਿਤਸਰੋਂ ਗਾ ਕੇ ਆਇਆ ਸੀ ਉਸ ਰਾਤ, ਤਾਂ ਫਗਵਾੜੇ ਤੋਂ ਗਰਾਇਆਂ ਦੇ ਸਾਂਝੇ 'ਚ ਪੰਜ ਭਰਾ ਖੜੇ ਸੀ। ਉਹ ਰਾਤ ਨੂੰ ਚੋਰੀ ਕਰਨ ਵਾਲੇ ਭਰਾ ਸੀ ਸਾਰੇ, ਲੁੱਟਣ ਵਾਲੇ। ਉਹਨਾਂ ਨੇ ਮੈਨੂੰ ਹੱਥ ਦਿੱਤਾ, ਮੈਂ ਇਕੱਲਾ ਹੀ ਸੀ, ਮੈਂ ਨਾਲ ਬਾਲੇ ਹਵਾਲੇ ਨਾਲ ਇੱਕ ਪੂਰੇ ਬਹਿ ਗਿਆ, ਚਾਰ ਮੰਦਰ ਬਹਿ ਗਏ। ਉਹ ਜਦੋਂ ਥੋੜ੍ਹੀ ਜਿਹੀ ਵਾਰ ਹੀ ਗਿਆ ਜੇ ਹਜੇ ਆ ਤੁਸੀਂ ਨਾਲੋਂ ਵੀ ਆ ਟੈਂਟ ਵੀ ਨਹੀਂ ਟੱਪਿਆ, ਮੈਂ ਮੂੰਹ ਨੇ ਪਛਾਣ ਲਿਆ ਵੀ ਇਹ ਤਾਂ ਕਮਰ ਹੈ। ਤਾਂ ਉਹ ਭਰਾ ਮੈਨੂੰ ਪਤਾ ਕੀ ਕਹਿੰਦਾ, ਕਹਿੰਦਾ ਕਹਿੰਦਾ ਬਾਬਾ ਤਾਰ ਦੇ ਯਾਰ, ਲਾਹ ਦੇ ਸਾਨੂੰ ਇੱਥੇ। ਤਾਂ ਮੈਂ ਹੱਸੀ ਕਹਿੰਦਾ ਮੈਂ ਕੀ ਗੱਲ ਜਾਵਾਂ ਨੀ ਕਿਤੇ, ਉਹ ਕਹਿੰਦਾ ਜੀ ਇਸ ਤੋਂ ਦੂਜੇ ਕੰਮ ਵਾਲੇ ਆ। ਤੇ ਮੈਂ ਫਿਰ ਕਰ ਲਓ ਦੂਜੇ ਕੰਮ ਵਾਲੇ ਹੋ ਤਾਂ ਦੂਜਾ ਕੰਮ ਕਰ ਲਓ, ਨਹੀਂ ਜੀ ਕਹਿੰਦਾ ਥੋੜ੍ਹੇ ਨਾਲ ਨਹੀਂ ਕਰਨਾ। ਉਸ ਵੇਲੇ ਮੈਨੂੰ ਦੱਸੋ, ਉਸ ਵੇਲੇ ਮੈਨੂੰ ਦੱਸੋ, ਹੁਣ ਕੋਈ ਮੇਰੇ ਬਾਰੇ ਨਾ ਕੋਈ ਗੱਲ ਚ ਗਲਤ ਫਹਿਮੀ ਪਾ ਲਿਓ ਕਿ ਕਮਰ ਕੋਈ ਬਾਬਾ ਹੈ, ਨਹੀਂ ਮੇਰਿਆ ਇੱਕ ਗਾਉਣ ਵਾਲਾ ਗਵਾਈਆ ਹੈ, ਸੱਚ ਗਾਉਣਾ ਹੈ, ਦੇਸੀ ਘਿਓ ਵੇਚਣਾ ਹੈ, ਨਫ਼ਰਤ ਨਹੀਂ ਕਿਸੇ ਨੂੰ ਵੀ ਕਰਦਾ। ਕੋਈ ਗੱਲ ਹੁੰਦੀ ਹੈ ਤਾਂ ਉਹਦਾ ਕੋਈ ਬੇਸ ਹੈ, ਉਹਦਾ ਕੋਈ ਮਤਲਬ ਹੈ। ਇਹ ਜਾਤਾਂ ਪਾਤਾਂ ਨਹੀਂ ਚਾਹੀਦੀਆਂ ਤਾਂ ਨਹੀਂ ਚਾਹੀਦੀਆਂ, ਬੋਲੀ ਲੈ ਵੀ ਮਜ਼ਬੀ ਸਿੰਘਾਂ ਮਜ਼ਬੂਤਿਆ ਪੱਕਿਆ, ਤੂੰ ਰੰਗਰੇਟਾ ਗੁਰੂ ਕਾ ਬੇਟਾ, ਬੋਲੀ ਲੈ ਇੱਥੇ। ਇਹ ਸਿੱਖ ਹਿੰਦੂ ਮੁਸਲਮਾਨ ਤੋਂ ਉੱਪਰ ਖੇਡ ਖੇਡਣ ਨੂੰ ਜੀ ਕਰਦਾ ਤਾਂ ਬੋਲਦਾ ਹੈ ਕਿ ਕਦੋਂ ਤੱਕ ਅਸੀਂ ਗੁਰਦੁਆਰੇ, ਮੰਦਰਾਂ, ਮਸੀਤਾਂ ਵਾਲੇ ਲੜੀ ਜਾਵਾਂਗੇ, ਕਦੋਂ ਤੱਕ ਆਪਦੇ ਆਪਦੇ ਨੂੰ ਸਲਾਹ ਕੇ ਦੂਜੇ ਨੂੰ ਨਿੰਦੀ ਜਾਵਾਂਗੇ, ਕੀ ਖੱਟਿਆ ਸੀ ਇਹਦੇ ਚੋਂ? ਜੀ ਕਰਦਾ ਅੱਗ ਲੱਗੀ ਹੈ ਤਾਂ ਬੋਲਦਾ ਹੈ। ਉਹ ਪਹਿਲਾਂ ਵੀ ਚੋਰ ਸੀ, ਮੈਨੂੰ ਤਾਰ ਤੋਂ ਬਾਅਦ ਵੀ ਹੋ ਸਕਦਾ ਉਹ ਚੋਰ ਹੀ, ਹੁਣ ਉਹਨਾਂ ਨੇ ਲੁੱਟਿਆ ਹੋਵੇ ਕਿਸੇ ਨੂੰ, ਪਰ ਜਿੰਨਾ ਟਾਈਮ ਮੇਰੇ ਨਾਲ ਸੀ ਮਹਾਰਾਜ ਨੇ ਉਹਨਾਂ ਨੂੰ ਚੋਰ ਨਹੀਂ ਰਹਿਣ ਦਿੱਤਾ। ਮਹਾਰਾਜ ਨੇ ਸਾਧੂ ਬਣਾਤਾ, ਮੇਰਾ ਯਾਦ ਹੈ ਮੂਹਰੇ 500 ਦਾ ਨੋਟ ਪਿਆ ਸੀ, ਮੈਂ ਜਾਂਦੇ ਨੂੰ ਜਿਹੜਾ ਮੂਹਰੇ ਖੜਾ ਸੀ ਉਹ ਮੈਂ 500 ਦਾ ਨੋਟ ਚੱਕ ਕੇ ਆਇਆ ਕਿ ਨਵਾਂ ਰਾਤ ਦਾ ਦੁੱਧ ਪੀ ਲਓ ਇਹਦਾ। ਆਇਆ ਤਾਂ ਲੁੱਟਣ ਸੀ, 500 ਰੁਪਇਆ ਪਤਾ ਕਿਵੇਂ ਫੜ ਰਿਹਾ ਸੀ ਉਹ, ਸਾਰੀ ਵਾਲੀ ਇੱਕ ਹੱਥ ਸਾਰੀ ਨੂੰ ਹੈ, ਇੱਕ ਨਾ ਕ੍ਰਿਸ਼ਨ
ਕ੍ਰਿਸ਼ਨ ਨੂੰ ਬੁਲਾਉਂਦੀ ਹੈ, ਐਂ ਕਿਵੇਂ ਆਜੂ? ਹੁਣ ਜਾਂਦਾ ਮਾਰ ਉੱਪਰ ਵਾਲਾ ਦੋਵੇਂ ਸਾਰੀ ਨੂੰ ਪਾ ਲਓ, ਨਿੱਕੀ ਹੈ ਬਸ। ਜੇ ਲੱਗਦਾ ਵੀ ਕੋਈ ਆਊਗਾ ਫਿਰ ਦੋਨੇ ਛੱਡ ਕੇ ਤਾਂ ਨੂੰ ਕਹਿੰਦਾ ਕ੍ਰਿਸ਼ਨਾ ਉਹ ਤੋਂ ਆ ਗਈ। ਅਸੀਂ ਅੱਧੇ ਕੁ ਰੱਬਦੇ ਹਾਂ ਅੱਧੇ ਕੁ ਜਗਦੇ ਹਾਂ, ਕਿਵੇਂ ਬਾਬਾ ਦੋ ਬੇੜੀਆਂ ਚ ਕਿਵੇਂ ਲੰਘੇਗਾ? ਜਗ ਦੀਆਂ ਰੀਤਾਂ ਰਿਵਾਜਾਂ ਮਰਿਆਦਾਵਾਂ ਜ਼ਰੂਰੀ ਆ, ਪਰ ਸਮਝਣਾ ਸਮਝਣਾ ਜ਼ਰੂਰੀ ਹੈ। ਇਸ ਕਰਕੇ ਕੋਈ ਡਰਨ ਦੀ ਲੋੜ ਨਹੀਂ ਹੈ ਬਾਬੇ। ਜੇ ਤੁਹਾਡੇ ਝੋਲੇ 'ਚ ਮੁਹੱਬਤ ਹੈ ਨਾ, ਤੁਹਾਡੇ ਅੰਦਰ ਪਿਆਰ ਹੀ ਪਿਆਰ ਹੈ, ਤਾਂ ਫਿਰ ਪਿਆਰ ਦੇ ਬਾਵਜੂਦ ਵੀ ਕੋਈ ਗੋਲੀ ਮਾਰ ਦਿਓ ਯਾਰ, ਬੜਾ ਚੰਗਾ ਲੱਗੂਗਾ ਜਿਹਦੇ ਵਜੋਂ, ਬਹੁਤ ਚੰਗਾ ਲੱਗੂਗਾ। ਕੋਈ ਕੋਈ ਊਟ ਪਤਾਨ ਗਾ ਕੇ ਜਾਂ ਝੂਠ ਫਾਲ ਗਾ ਕੇ ਜਾਂ ਕੋਈ ਅਗਰੈਸਿਵ ਗੱਲਾਂ ਕਰਕੇ ਥੋੜ੍ਹਾ ਮਰਾਂਗੇ ਯਾਰ, ਪਿਆਰ ਕਰਦੇ ਕਰਦੇ ਮਰ ਜਾਂਗੇ ਤਾਂ ਮਰ ਜੀਏ। ਔਰ ਸਾਹਿਬ ਤੁਸੀਂ ਵੀ ਜਿੰਨੇ ਬੈਠੇ ਖੜੇ ਹੋ ਕੋਰੇ ਕਾਗਜ਼ 'ਤੇ ਸਾਈਨ ਕਰਾ ਲਓ, ਜਿੱਥੇ ਆ ਗਈ ਰਜਾਈ 'ਚੋਂ ਚੱਕ ਕੇ ਲੈ ਜੂ, ਜਿੱਥੇ ਨਾ ਹੋਈ ਉੱਥੇ ਭਾਵੇਂ ਜਿੱਥੋਂ ਮਰਜ਼ੀ ਛਾਲ ਮਾਰੀ, ਉੱਥੇ ਲੱਤ ਬਾਂਹ ਜੀ ਟੁੱਟ ਕੇ ਸਰ ਜੂ, ਜਿੱਥੇ ਆ ਗਈ ਉੱਥੇ ਨਹੀਂ, ਉੱਥੇ ਭਾਵੇਂ ਇੱਥੇ ਜਾ ਕੇ DMC 'ਚ ਸਾਰਾ ਪੈਸਾ ਰੱਖ ਲਿਆ, ਚੱਕ ਡਾਕਟਰ ਕਰੋੜ ਰੁਪਈਆ ਕਰ ਖੁਸ਼ ਹੋਵੇ, ਡਾਕਟਰ ਵੀ ਕਹਿ ਦੂਗਾ ਕਨਫਰਮ ਦੋਸਤ ਆ ਹੋਣੇ ਤੇਰੀ ਟਿਕਟ ਵਾਪਸੀ ਦੀ ਹੈ, ਸੋ ਟਿਕਟ ਦਾ ਕਨਫਰਮ ਨੇ ਬਾਬੇ। ਸ਼ੇਰ ਨਹੀਂ ਕਹੂੰਗਾ ਬੰਦਰ, ਸ਼ੇਰ ਬਣ ਕੇ ਜਾਓ ਇਸ ਜ਼ਿੰਦਗੀ ਨੂੰ, ਧਰਮਾਂ ਤੋਂ ਜਾਤਾਂ ਪਾਤਾਂ ਤੋਂ ਮੋਹ ਮਾਇਆ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਉ ਕੇ ਵੇ ਚੱਲਣਾ ਬਾਬੇ। ਜਿਵੇਂ ਤਰਸੇਮ ਕਹਿੰਦਾ ਨਾ ਆਪਣਾ ਜ਼ਿੰਦਾਬਾਦ ਜ਼ਿੰਦਗੀ ਹੈ, ਜ਼ਿੰਦਾ ਦਿਲ ਜ਼ਿੰਦਗੀ ਹੈ, ਚੱਲ ਜ਼ਿੰਦਗੀ ਹੈ। ਯੂ ਅੰਡਰਸਟੈਂਡ ਵਾਟ ਆਈ ਐਮ ਸੇਇੰਗ ਮਾਈ ਬ੍ਰਦਰ? ਆ ਜਾਓ ਮੈਂ ਤੇ ਮਸਤਾਂ ਦੇ ਵਿਹੜੇ ਮਸਤ ਬਣਾ ਦਿੰਦਾ। ਬਹੁਤ ਦਿਨਾਂ ਬਾਅਦ ਐਦਾਂ ਸਭਾ ਸਾਂਝੀ ਹੋਈ ਹੈ ਜੀ, ਆਇਆਂ ਨੂੰ ਤੁਹਾਨੂੰ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਡੇ ਸਾਹਮਣੇ ਲਈ। ਖਸਮ
ਫਿਰਦੀ ਉਹ ਮੈਂ ਫਿਰਦੀ ਨੀ ਮੇਰਾ ਤੁੜਕਾ ਯਾਰ ਵਜਾਵੇ ਤੇ ਮਸਤੀ ਮੈਂ ਫਿਰਦੀ ਨੀ ਮੇਰਾ ਤੁੜਕਾ ਯਾਰ ਵਜਾਵੇ ਤੇ ਮਸਤੀ ਮੈਂ ਫਿਰਦੀ ਆਈ ਦੀ ਦੁਨੀਆ ਤਾਰੀ
ਤੁਮਾਰੇ ਮਹਿਲ ਕੇ ਫਿਰ ਸੁਣਾ